ਲੈ ਕਹਿੰਦੇ ਤੀਗੇ ਵੀ ਕਾਪੀ ਤੇ ਹਿਸਾਬ ਕਿਤਾਬ ਜਾ ਦੇਖ ਲਈ, ਇਹਨੇ ਕਾਪੀ ਤੇ ਦੇਖਦੇ ਆ ਹਿਸਾਬ ਕਿਤਾਬ ਜਾ ਵੀ ਕੀ ਤੋਂ ਕਿੰਨੇ ਲੈਣੇ ਨੇ ਕਿਵੇਂ ਲੈਣੇ ਨੇ। ਨਹੀਂ ਮੈਂ ਮਰ ਜਾ, ਲੈ ਘਾਟੇ ਮਾਟੇ ਜੇ ਮਾਰਖੇ ਨੇ ਤੇ ਹੈਂ, ਮੇਰੇ ਤਾਂ ਨਹੀਂ ਸਮਝ 'ਚ ਆਉਂਦੀ ਹੈਗੀ, ਉਹਨਾਂ ਨੇ ਲਿਖਿਆ ਹੀ ਪਤਾ ਨਹੀਂ ਕਿਵੇਂ ਲਿਖਦੇ ਨੇ। ਚੱਲ ਐਂ ਕਰੂੰਗੀ, ਕਾਪੀ ਘਰ ਹੀ ਲੈ ਜੂੰਗੀ, ਆਪੇ ਬੈਠੇ ਬੈਠੇ ਹਿਸਾਬ ਕਿਤਾਬ ਕਰ ਦੇਣਗੇ। ਹੋਰ ਭਰਜਾਈ ਠੀਕ ਹੈ? ਹਾਂ ਠੀਕ ਆ ਬਾਈ, ਹੋਰ ਕੀ ਮੈਂ ਲੈਣਾ ਸੀਗਾ? ਸੈਂਪੂ ਲੈਣ ਆਇਆ ਸੀ ਮੈਂ ਤਾਂ। ਅੱਛਾ ਸੈਂਪੂ ਲੈਣਾ, ਦੇਖਦੀ ਹਾਂ। ਲਾਲਾ ਨਹੀਂ ਦਿਖਾਈ ਦਿੰਦਾ? ਬਈ ਲਾਲੇ ਵਾਲੀ ਕੀ ਪੁੱਛਦਾਗਾ ਭਾਈ, ਲਾਲੇ ਦਾ ਮੈਂ ਬਿੰਦੇ ਬਿੰਦੇ ਸੇਕਾ ਦੇ ਕੇ ਆਉਂਦੀ ਹਾਂ ਘਰੇ ਜਾ ਕੇ। ਕਿਉਂ, ਮੈਂ ਤੈਨੂੰ ਕਿਹਾ ਸੀਗਾ ਵੀ ਤੂੰ ਗੇੜੇ ਗੂੜੇ ਦਿੰਦੀ ਰਿਹਾ ਕਰ ਦੁਕਾਨ ਤੇ। ਓਹੋ, ਤੂੰ ਵੀ ਹੋਰੇ ਪਾਸੇ ਗੱਲ ਲੈ ਗਿਆ, ਲੈ ਕਹਿੰਦਾ ਦੁਕਾਨ ਤੇ ਗੇੜੇ ਦੇਣੇ। ਮੈਂ ਤੀਵੀਆਂ ਨਹੀਂ ਕੁੱਟਿਆ ਹੈਗਾ ਉਹ। ਹੋਰ? ਓਹੋ, ਉਹ ਤਾਂ ਕਿਸੇ ਜੱਟ ਦੇ ਧੱਕੇ ਚੜ ਗਿਆ, ਪਤਾ ਅੱਛਾ ਨਹੀਂ ਕੀ ਨੇ ਤੂੰ ਹੀ ਲਾਲ ਕਰਤੀ ਕੁੱਟ ਕੁੱਟ ਕੇ। ਸੱਚ ਇੱਕ ਮੈਂ ਐ ਕਹਿੰਦੀ ਸੀ ਤੈਨੂੰ, ਐ ਪੁੱਛਦੀ ਸੀ, ਹਾਂ ਮੈਨੂੰ ਦੱਸ ਦੇ ਦੀਗੇ ਲਾਲਾ ਜੀ, ਅੱਛਾ ਕਹਿੰਦੇ ਵੀ ਕੋਈ ਬੰਦਾ ਆਇਆ ਸੀ ਆਪਣੇ ਪਿੰਡ 'ਚ। ਠੀਕ ਹੈ। ਹਾਂ, ਉਹ ਤੁਹਾਡੇ ਕੋਲੇ ਬੈਠੇ, ਤੁਹਾਨੂੰ ਜਾਣਦਾ ਨੀਗਾ ਉਹ? ਨਾ ਨਾ, ਮੈਨੂੰ ਕਾਹਨੂੰ ਜਾਣਦਾ ਤੀ, ਮੈਨੂੰ ਤਾਂ ਇਹਦੀ ਮਾਂ ਕਿਤੇ ਵਿਚੋਲਾ ਹੈਗਾ। ਉਹ ਮੈਂ ਤਾਂ ਝੋਲਾ ਦੇਖ ਕੇ ਉਹਨੂੰ ਕਹਿਤਾ ਮਾਂ ਚੱਲ ਮੇਰੇ ਕੋਈ ਕੰਮ ਬਣ ਜੂਗਾ। ਵੀ ਸਾਕ ਕਰਾ ਦੇ। ਹਾਂ, ਸਾਕ ਕਰਾ ਦੂਗਾ। ਉਹਦਾ ਤੁਹਾਡਾ ਲਾਲਾ ਵੀ ਉਹਨੂੰ ਪੈਸੇ ਦਿਆ ਆ, ਮੈਨੂੰ ਲੱਗਦਾ ਉਹ ਤਾਂ ਠੱਗੀ ਮਾਰ ਗਿਆ ਉਹਦੇ ਨਾਲ। ਹੋਰ 2000 ਲੈ ਗਿਆ ਤੂੰ, ਲੈ ਦੱਸ ਹੈਂ, ਅੱਛਾ ਇੱਕ ਉਹ ਪਤਾ ਨਹੀਂ ਕੀ ਤੇ ਗਿਆ ਕਿੱਥੇ ਨਾ ਗਿਆ, ਉਹਦੀ ਢੂਹੀ ਜਮਾ ਲੀਲੀ ਕਰਕੇ, ਲੀਲੀ ਵੀ ਨਹੀਂ ਦਿਖਦੀ ਮੈਨੂੰ ਤਾਂ, ਇੱਕ ਤਾਂ ਰੰਗ ਉਹਦਾ ਕਜੇ ਕਾਲਾ ਪਿਆ, ਕੀ ਕਰਾਂ, ਕਹਿੰਦੀ ਨੂੰ ਵੀ ਸ਼ਰਮ ਆਉਂਦੀ ਹੈਗੀ ਹੈਂ, ਲੀਲ ਵੀ ਨਹੀਂ ਦਿੰਦੇ ਹੈਗੇ, ਜਮਾਇਣ ਕਰਤੀ ਢੂਹੀ ਉਹਦੀ ਤਾਂ ਸਿਲਤੀ। ਪਿੰਡ ਦਾ ਛੋਟਾ ਹੀ ਹੈ, ਉਹ ਗਿਆ ਗੂਆ ਕਿਤੇ ਨਹੀਂ, ਉਰੀ ਹੋਣਾ ਕਿਤੇ, ਤੂੰ ਲੱਭ ਲੈ ਉਹਨੂੰ, ਹੁਣੇ ਹਲੇ ਵੀ ਟਾਈਮ ਹੈਗਾ। ਉਹ ਬੰਦੇ ਨੂੰ ਹਨਾ, ਹਾਂ ਜੇ ਮੈਨੂੰ ਮਿਲ ਗਿਆ ਨਾ ਹੈਂ, ਮੈਂ ਤਾਂ ਉਹਦੀਆਂ ਬੋਧੀਆਂ ਪਾੜ ਦੂੰਗੀ ਕੰਜਰ ਦੀਆਂ, ਹਾਂ ਦੱਸ ਕਿੱਥੋਂ ਸਿਆਪਾ ਲੱਗਿਆ ਗਾ ਚੱਲ ਹੈਂ। ਠੀਕ ਆ, ਲਿਖ ਲਈ ਬਲੇ। ਕੋਈ ਨਾ, ਲਿਖ ਲੂੰਗੀ ਇਹ ਤਾਂ, ਠੀਕ ਹੈ। ਲੈ ਦੱਸ ਹੈਂ, 2 ਰੁਪਈਏ ਵੀ ਕਹਿੰਦਾ ਲਿਖ ਲਈ, 2 ਰੁਪਈਏ ਵੀ ਨਹੀਂ ਹੈਗੇ ਤੀਗੇ ਹੈਂ, ਮੈਂ ਤਾਂ ਕਹਿੰਦਾ ਸਾਕ ਇਹਨੂੰ ਪਤਾ ਨਹੀਂ, ਮੈਂ ਐਂ ਕਹਿੰਦੇ ਸਾਰੇ ਪਿੰਡ ਨੂੰ ਇਹਨਾਂ ਨੂੰ ਵਿਆਹ ਕਰਾਉਣ ਦੀ ਕਾਲੀ ਹੋ ਰਹੀ ਹੈਗੀ, ਬੁੜਾ ਕੀ ਗੱਭਰੂ ਕੀ ਸਾਰੇ ਨਰੇ ਵੀ ਛੇਤੀ ਮਕਲਾਬਾ ਹੋ ਜੇ, ਪਤਾ ਨਹੀਂ ਕਿਹੋ ਜਿਹੇ ਨੇ। ਲੈ ਕਰਦੇ ਹੁਣ ਕੀ ਕਰਾਂ, ਮੇਰਾ ਤਾਂ ਜੀ ਨਹੀਂ ਕਰਦਾ ਕੋਈ ਕੰਮ ਨੂੰ ਵੀ ਹੈਂ, ਕਿਤੇ ਫੋਨ ਕਰਕੇ ਦੇਖਾਂ ਲਾਲੇ ਨੂੰ ਵੀ ਠੀਕ ਹੋਊਗਾ ਨਾ, ਛੱਡ ਪਰਾ। ਚੱਲ ਐਂ ਕਰਦੀ ਹਾਂ, ਮੈਂ ਘਰੇ ਜਾ ਕੇ ਆਉਂਦੀ ਹੈਗੀ, ਪਤਾ ਲੈ ਕੇ ਆਉਂਦੀ ਹੈਗੀ। ਲੈ ਦੇਖ ਲਾ ਆ ਪੈਨੇ ਆਰਾਮ ਨਾਲ, ਮੇਰੀ ਗੱਲ ਸੁਣੋ ਜੀ। ਹੁਣ ਕੀ ਹੋ ਗਿਆ? ਓਹੋ, ਹੋਣਾ ਕੀ ਹੈ, ਤੁਸੀਂ ਬੈਠੇ ਤਾਂ ਹੋ ਜਾਓ ਪਹਿਲਾਂ। ਆਏ ਹੁਣ ਕੀ ਬੈਠੇ, ਠੀਕ ਆ ਤੁਸੀਂ? ਠੀਕ ਆ, ਕੁਛ ਫਰਕ ਆ ਪਹਿਲਾਂ ਨਾਲੋਂ? ਚਲ ਮੈਂ ਤਾਂ ਤੈਨੂੰ ਐਂ ਕਹਿੰਦੀ ਸੀਗੀ ਹੈਂ, ਉਹ ਨਾ ਜਿਹੜਾ ਉਹ ਮੁੰਡਾ ਆਇਆ ਸੀਗਾ ਮੇਰੇ ਕੋਲੇ, ਉਹ ਕੀ ਨਾਂ ਲੈਂਦੇ ਨੇ ਉਹਦਾ, ਜਿਹੜਾ ਉਹਦੇ ਕੋਲ ਬੈਠਾ ਸੀਗਾ ਗੱਗੀ, ਹਾਂ ਗੱਗੀ, ਉਹ ਕਹਿੰਦਾ ਸੀਗਾ ਆਪਣਾ ਕਿਹੜਾ ਪਿੰਡ ਵੱਡਾ ਸਾਰਾ ਹੈਗਾ, ਆਪਣਾ ਪਿੰਡ ਛੋਟਾ ਜਿਹਾ ਤਾਂ ਹੈਗਾ, ਹੋਣਾ ਤਾਂ ਉਹ ਪਿੰਡ 'ਚ ਹੀ ਹੈ ਤਾਂ ਗਿਆ ਪਿੰਡ 'ਚ, ਫਿਰ ਹੁਣ ਉਹਨੂੰ ਕਿੱਥੇ ਪਾ ਲੂੰਗਾ ਮੈਂ, ਤੂੰ ਤਾਂ ਬਾਲੀਆਂ ਗੱਲਾਂ ਕਰਦੀਆਂ, ਹੱਡ ਹੱਡ ਦੁਖਣ ਲੱਗ ਰਿਹਾ ਮੇਰਾ। ਫਿਰ ਐਂ ਘਰੇ ਬੈਠੇ ਤੋਂ ਸਰ ਜੂਗਾ, ਪਰ ਕੁਛ ਨਹੀਂ ਹੁੰਦਾ, ਤੁਸੀਂ ਐਂ ਕਰੋ ਕਿਸੇ ਦੇ ਮੂੰਹ ਮੱਤੇ ਲੱਗੋਗੇ ਜੇ ਪਿੰਡ 'ਚ ਜਾਓਗੇ, ਕਿਸੇ ਤਾਂ ਕਿਤੇ ਨਾ ਕਿਤੇ ਤਾਂ ਤੈਨੂੰ ਉੱਥੇ ਆਊਗਾ। 2000 ਰੁਪਏ ਦੀ ਗੱਲ ਆ, 2000 ਰੁਪਏ ਲੈ ਕੇ ਗਿਆ, ਔਰ ਜਿਹੜੇ ਸੱਟਾਂ ਲੱਗੀਆਂ ਉਹ ਵੱਖਰੀਆਂ ਨੇ। ਪੁਸ਼ਪਾ, ਮੈਨੂੰ ਪਤਾ ਵੀ 2000 ਰੁਪਇਆ ਲੈ ਗਿਆ, ਮੈਂ ਤਾਂ ਐਂ ਕਹਿੰਦਾ ਵੀ ਇਹੋ ਜਿਹੇ ਬੰਦੇ ਨਾਲ ਵਿਗੜਿਆ ਨਹੀਂ ਕਰਦੇ, ਹਜੇ ਕਿਹੜਾ ਆਪਾਂ ਨੇ ਬੇਰ ਖਾ ਕੇ ਦੇਖੇ ਤੇ, ਕੀ ਪਤਾ ਬੇਰ ਖਾ ਕੇ ਸੱਚੀ ਕਰਾ ਮਾਤਾ ਜੀ। ਹਜੇ ਵੀ ਕੁੱਟ ਤਾਂ ਖਾ ਕੇ ਦੇਖ ਲਈ, ਉਹ ਤਾਂ ਜੱਟ ਦੀ ਬੌਲਾ ਜਿਹਾ ਬੁੱਜੜ ਜਿਹਾ ਮਾਂਗਰ ਪੈ ਗਿਆ ਲੱਠ ਲੈ ਕੇ, ਹੁਣ ਉਹ ਬੰਦੇ ਦਾ ਤਾਂ ਨਹੀਂ ਕਸੂਰ ਹੈਗਾ ਇਹਦੇ ਵਿੱਚ, ਜਿਹਦੇ ਨੇ ਦੱਸਿਆ ਦੀ ਬੇਰ ਖਾਣ ਨਾਲ ਬਹੁਤ ਵਾਧਾ ਹੁੰਦਾ। ਮੇਰੀ ਗੱਲ ਸੁਣੋ ਜੀ, ਤੁਸੀਂ ਉਹਨੂੰ ਪਾਲ ਲਓ, ਨਾਲੇ ਲੈ ਜਿਓ। ਚੱਲ ਊ ਤਾਂ ਹੱਡ ਦੁਖਦੇ ਨੇ, ਹੋਰ ਤੁਸੀਂ ਖੇਚਲਾ ਕਰਨੀ ਪਊਗੀ। ਹਾਂ ਮੈਂ ਇੰਨੇ ਬੈਠੀ ਹੈਗੀ, ਤੂੰ ਨੀ ਹਟਦੀ ਹੈਗੀ, ਉਰੇ ਕਹਿਣ ਬਹਿਨੀ ਆ ਕਿ ਨਹੀਂ ਉਰੇ ਬੈਠੂਗੀ ਮੈਂ। 1000 ਰੁਪਏ ਤਾਂ ਤੇਰਾ ਕੁਛ ਲੱਗਦਾ, ਉਹ ਲੈ ਕੇ ਭੱਜ ਗਿਆ ਠੱਗ ਹੈ। 100 ਰੁਪਏ ਦੀ ਰੂਹ ਖਰਾਬ ਕਰਾਤੀ, ਡਾਕਟਰ ਦਾ ਬਣ ਗਿਆ 200-300 ਰੁਪਏ, 2 ਪੈਸੇ ਕਮਾ ਲਾ ਤੂੰ ਦੁਕਾਨ ਤੇ ਵਗ ਜਾ। ਹੁਣ ਮੈਂ ਦੁਕਾਨ ਤੇ ਜਾਵਾਂ? ਹੋਰ, 2 ਪੈਸੇ ਕਮਾਏਂਗੀ ਜੇ ਫੇਰੇ ਕੁਛ ਬਣੂਗਾ। ਆਏ ਠੀਕ ਆ, ਚੰਗਾ, ਜੈ ਮਾਤਾ ਦੀ, ਮੈਂ ਜਾਣਾ। ਲੈ ਕਰੋੜੀ ਮੱਲਾ, ਇਹੋ ਜਿਹੇ ਬੰਦੇ ਤਾਂ ਨਾ ਹਾਂ ਇਹੋ ਜਿਹੀ ਥਾਂ ਤੇ ਹੁੰਦੇ ਨੇ। ਲੈ ਚੱਲ, ਚਲੋ ਮੈਂ ਵੀ ਦੁਕਾਨ ਦੀ ਵਗ ਚੱਲਦੀ ਹਾਂ। रूहानी शमशानी हर इल्म के माहिर, हर समस्या का समाधान 3 घंटों में। गुरु अरमान जी फोन घुमाए, घर बैठे समाधान पाए। परेशानी जैसे लव मैरिज में रुकावट, नौकरी कारोबार में परेशानी, स्वतंत्र दुश्मन से छुटकारा, ग्रह क्लेश, प्यार में धोखा खाए, प्रेमी प्रेमिका संपर्क करें, 100% पक्का समाधान पाए। स्पेशलिस्ट मुठकर्मी वह वशीकरण, देश विदेश में बैठी मेरी माताएं बहने अभी फोन करें। हर इल्म की काट मेरे पास, हर समस्या का समाधान फोन पर, बाबा अरमान जी। मोबाइल नंबर 9872686718। ਪੁਸ਼ਪਾ ਵੀ ਕਮਾਲ ਕਰਦੀ ਆ, ਭਾਲ ਲੈ ਲੈ ਉਹਨੂੰ, ਦੱਸ ਤੂੰ ਮੈਨੂੰ, ਹੈ ਪਰਦੇਸੀ ਹੂੰ ਤੀ, ਕੀ ਪਤਾ ਕਿੱਥੇ ਵਗ ਗਿਆ ਉਹ। ਲੈ ਮੈਂ ਤਾਂ ਹੋਰ ਹੈ ਠੇਕੇ ਤੇ ਵੀ ਦੇਖਿਆ ਆ, ਕਿਤੇ ਨਹੀਂ ਮਿਲਿਆ ਹੈਗਾ। ਕਰੋੜੀ ਮੱਲਾ,
आ कौन पिया उदू तो चुग गया उदन चिट्टा पैसा तो कोई लाल जे चुगे वाला फिते मुंह तेरे जमदी दे अगली कोल होर नहीं हो सकते अगले लवे कपड़े चल लिया कि देखदा ले दस आ पिया घोड़े बेच के सारे पिंड च पाल लिया खड़ा हो भाई परदेसी की नाम थी पहला करोड़ी मिला हाँ कुंडा कुंडा जा कहता थी आ कुंडे खड़ा हो भाई ले देख कि मेरे पिया मौज नाल की हो गया लाला तेनू बहुत कुछ हो गया थोड़ा नहीं बहुत कुछ जवाक तो नहीं हुआ कि तेरे फिटे मुंह तेरे ਉਹੀ ਕਹਾੜੇ ਪੱਟੀ ਗੱਲ ਰਹਿ ਨਹੀਂ ਹੁੰਦਾ ਕਰੀ ਬਿਨਾ ਜੱਟ ਵਾਲੀ ਉਹ ਤੂੰ ਗੱਲ ਹੀ ਕਰੀ ਜਾਂਦਾ ਫਿਰ ਕਹਿੰਦਾ ਬਹੁਤ ਕੁਛ ਹੋ ਗਿਆ ਮੈਂ ਤਾਂ ਤੈਨੂੰ ਸਾਰੇ ਕਿਤੇ ਭਾਲਿਆ ਹੱਥ ਚ ਹੀ ਭਾਲੇ ਆ ਨਾਈ ਦੀ ਦੁਕਾਨ ਤੇ ਵੀ ਦੇਖ ਕੇ ਆਇਆ ਠੇਕੇ ਤੇ ਤੈਨੂੰ ਮੈਂ ਦੇਖਿਆ ਆ ਤੂੰ ਤਾਂ ਮੌਜ ਨਾ ਪਿਆ ਉਹਦੀ ਕਿਉਂ ਮੈਨੂੰ ਕੀ ਦੇਖਣ ਵਾਲਾ ਤੇ ਮੈਨੂੰ ਦੇਖਦਾ ਫਿਰਦਾ ਤੂੰ ਆਹ ਗੱਲ ਨੀ ਬੋਲੇ ਬੰਦੇ ਪਹਿਲਾਂ ਤਾਂ ਉਹ ਕੱਢ ਆਪਣਾ ਜਿਹੜਾ 2000 ਰੁਪਇਆ ਦੀ ਉਹ ਕਿਹੜਾ 2000 ਲਾਲਾ ਤੇਰਾ ਕਹਿੰਦਾ ਕਿਹੜਾ 2000 ਦੋ ਸੌ ਦੇ ਕੁੜਕ ਕੁੜਕ ਦੇ ਨੋਟ ਤੇ ਜਿਹੜੇ ਸਾਹੇ ਦੇ ਕੰਨ ਵਰਗੇ ਮੈਂ ਤੈਨੂੰ ਕੀ ਕਿਹਾ ਤੀ ਨਾ ਤੂੰ ਉਹ ਨਹੀਂ ਕਰਨ ਗਿਆ ਬੇਰ ਨਹੀਂ ਖਾ ਗਿਆ ਫਿਰ ਗਿਆ ਤੀ ਹਾਂ ਬਗਿਆ ਉੱਥੇ ਇੱਕ ਦੈਂਤ ਜਾਤੀ ਮਾਂਗਰ ਪੈ ਗਿਆ ਖੁੱਡਾ ਲੈ ਕੇ ਮੇਰੇ ਤਾਂ ਹੱਡੇ ਹੱਡ ਕੁੱਟੇ ਉਸਨੇ ਕਿਹੜੇ ਬੇਰਤੀ ਵਿੱਚੀ ਰਹਿ ਗਿਆ ਸਾਰਾ ਕੁਛ ਤੂੰ ਮੇਰਾ 2000 ਰੁਪਇਆ ਮੋੜ ਦੇ ਓਏ ਖੜ ਜਾ ਮੈਂ ਤਾਂਹੀਓ ਮੈਂ ਕਿਸੇ ਨੂੰ ਗੱਲ ਨਹੀਂ ਦੱਸਦਾ ਹੁੰਦਾ ਤਾਂਹੀਓ ਨਹੀਂ ਮੈਂ ਫਾਇਦਾ ਕਰਦਾ ਹੁੰਦਾ ਤੂੰ ਮੇਰੀ ਗੱਲ ਸੁਣ ਮੈਂ ਤੈਨੂੰ ਕੀ ਕਿਹਾ ਸੀਗਾ ਵੀ ਬੇਰ ਨੇ ਜਿਹੜੇ ਗੁਣਕਾਰੀ ਨੇ ਹਾਂ ਹੈ ਹਾਂ ਤੈਨੂੰ ਇਹ ਵੀ ਕਹਿ ਦੀ ਵੀ 1:15 ਵਜੇ ਜਾਈ ਸਵਾ 1 ਵੀ ਵੱਗ ਗਿਆ ਤੇ ਮੈਂ ਤਾਂ ਐ ਦਾ ਘੂਰ ਖਿਆਦੀ ਮਗਰੋਂ ਆ ਗਿਆ ਇਹ ਜਾ ਮੋਟਾ ਖੁੰਡਾ ਲੈ ਰਖਦੀ ਟੁੰਗੇ ਟੁੰਗੀ ਕੁੱਟੀ ਮੇਰੇ ਦਾ ਹੱਡ ਹੱਡ ਰੁਕਦੇ ਨੇ ਉਹਨੂੰ ਵੀ ਫਿਰ ਅਗਲਾ ਤਾਂ ਤੈਨੂੰ ਕੁੱਟੂ ਗਈ ਬੇਰ ਤੂੰ ਬੌਲਿਆ ਮੂਰਖਾ ਹੈ ਤੂੰ ਤਾਂ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਜਿਆਦੇ ਮਤ ਹੁੰਦੀ ਹੈ ਗਿਆਨ ਸਾਨੂੰ ਜਿਆਦੇ ਹੁੰਦਾ ਹੈਗਾ ਤੂੰ ਜਿਹੜਾ ਮਹੀਨਾ ਹੈ ਬੇਰਾਂ ਦਾ ਮਹੀਨਾ ਹੈਗਾ ਬੇਰ ਹਜੇ ਕੱਚੇ ਨੇ ਜਦੋਂ ਬੇਰ ਪੱਕ ਕੇ ਫੇਰ ਜਾਣਾ ਸੀ ਤੈਂ ਤੂੰ ਚੱਕ ਕੇ ਮੂੰਹ ਪਹਿਲੀ ਜਾ ਕੇ ਖੜ ਗਿਆ ਅਗਲਾ ਤਾਂ ਤੇਰੇ ਡੰਗ ਮਾਰੂਗੀ ਕੱਚੇ ਬੇਰ ਤੋੜੇਗਾ ਕਰੋੜੀ ਮੱਲਾ ਆਹ ਗੱਲ ਤਾਂ ਤੈਂ ਸੋਚੀ ਹੀ ਨਹੀਂ ਹੈਗੀ ਹਾਂ ਭਾਈ ਆਹ ਗੱਲ ਤਾਂ ਤੇਰੀ ਸਿਆਣੀ ਹੈ ਤੇ ਬੇਰ ਕੱਚੇ ਨੇ ਮੈਨੂੰ ਤਾਂ ਲੱਗਦਾ ਜੱਟ ਤਾਈਓ ਮੈਂਗਰ ਪੈ ਗਿਆ ਉਹ ਪੂਰੀ ਗੱਲ ਨਹੀਂ ਨਾ ਤੂੰ ਸੁਣਦਾ ਹੈਗਾ ਆਪਦਾ ਦਿਮਾਗ ਵੀ ਲਾਇਆ ਕਰ ਮਾੜਾ ਮੋਟਾ ਇਹਦੇ ਵਾਸਤੇ ਇੱਕ ਤੈਨੂੰ ਹੋਰ ਗੱਲ ਕਹੀ ਦੀ ਮੈਂ ਹਾਂ ਵੀ ਤੇਰਾ ਸਰੀਰ ਪੋਲਾ ਹੋ ਜਾਊਗਾ ਹੱਡ ਪੋਲੇ ਹੋ ਜਾਣਗੇ ਬੇਰ ਖਾ ਕੇ ਹੋ ਗਏ ਕਿ ਨਾ ਹੱਡ ਤਾਂ ਤੇਰੇ ਪੋਲੇ ਹੋ ਗਏ ਕਿ ਨਾ ਨਾਲੇ ਤਾਂ ਖਾਦੇ ਨਹੀਂ ਹੈਗੇ ਦੇਖ ਲੈ ਤੈਂ ਹੌਲਾ ਜਿਹਾ ਹੋ ਗਿਆ ਸਰੀਰ ਮੈਨੂੰ ਤਾਂ ਲੱਗਦਾ ਬੇਰੀ ਦੀ ਛਾਂ ਦਾ ਅਸਰ ਹੋ ਗਿਆ ਜਦੋਂ ਮੈਂ ਛਾਂ 'ਚ ਖੜੇ ਦੀ ਬੇਰੀ ਦੀ 'ਚ ਇਹ ਤਾਂ ਮੈਨੂੰ ਪਤਾ ਨਹੀਂ ਵੀ ਬੇਰੀ ਦੀ ਛਾਂ ਦਾ ਅਸਰ ਹੋਇਆ ਕਿ ਜਿਹੜਾ ਉਹ ਐਡਾ ਬੜਾ ਮੋਟਾ ਕਹਿੰਦਾ ਘੋਟਣਾ ਉਹਦਾ ਅਸਰ ਹੋਇਆਗਾ ਪਰ ਹੋ ਗਿਆ ਜਿਹੜੀ ਤੈਨੂੰ ਗੱਲ ਕਹੀ ਤੀ ਮੈਂ ਫਿਰ ਹੁਣ ਤੂੰ ਐ ਦੱਸ ਮੈਂ ਜਦੋਂ ਜਵਾਨ ਹੋਣ ਵਾਸਤੇ ਖੂਬਸੂਰਤ ਹੋਊਂਗਾ ਤਾਂ ਬੇਰ ਕਦੋਂ ਤੋੜਾਂ ਹੁਣ ਉਹ ਬੇਰ ਲਾ ਲਾ ਮਹੀਨਾ ਖੜ ਜਾ ਫਿਰ ਤੂੰ ਤੋੜ ਲਈ ਬੇਰ ਬਾਕੀ ਜੇ ਤੈਨੂੰ ਜ਼ਿਆਦੇ ਕਾਲੀ ਹੈ ਫਿਰ ਇੱਕ ਮੰਤਰ ਮੇਰੇ ਕੋਲੇ ਹੋਰ ਵੀ ਹੈਗਾ ਪਰ ਨਾ ਯਾਰ ਕੋਈ ਫਾਇਦਾ ਨਹੀਂ ਤੈਨੂੰ ਦੱਸਣ ਦਾ ਲਾ ਲਾ ਯਾਰ ਤੂੰ ਤਾਂ ਫੇਰ ਉਹੀ ਮੰਤਰ ਕਹਿੰਦਾ ਹੋਰ ਵੀ ਹੈਗਾ ਆ ਵੀ ਪੁੱਛੇ ਲੈਨੇ ਆ ਦੱਸ ਦੇ ਮੇਰੇ ਯਾਰ ਕੀ ਮੰਤਰ ਆ ਉਹ ਨਾ ਯਾਰ ਮੈਂ ਨਹੀਂ ਦੱਸਦਾ ਮੈਨੂੰ ਤਾਂ ਯਕੀਨ ਨਹੀਂ ਹੈਗਾ ਕਿਸੇ ਤੇ ਪਹਿਲਾਂ ਤੈਨੂੰ ਇੱਕ ਗੱਲ ਦੱਸਤੀ ਤੂੰ ਆ ਦੇਖ ਲਾ ਉਰੇ ਮੈਨੂੰ ਪਹਾੜ ਦਾ ਫਿਰਦਾ ਫੜ ਗਿਆ ਮੂਰਖਾਂ ਵਾਲੀਆਂ ਗੱਲਾਂ ਕਰਦਾ ਤੂੰ ਦੱਸ ਤੈਂ ਮੈਨੂੰ ਦੱਸਣਾ ਤੀ ਵੀ ਬੇਰ ਪੱਕ ਗਈ ਜਦੋਂ ਉਦੋਂ ਜਾਈ ਦਾ ਉਦੋਂ ਮਾਰੀ ਜਾ ਕੇ ਮੈਂ ਤਾਂ 1:15 ਵਜੇ ਜਾ ਖੜਿਆ ਉੱਥੇ ਜਾ ਕੇ ਨਾ ਨਾ ਲਾਲਾ ਪਤਾ ਗੱਲ ਕੀ ਹੈ ਇਹਦਾ ਮੰਤਰ ਬਹੁਤ ਛੋਟਾ ਸੀ ਮੈਂ ਤੈਨੂੰ ਐਂ ਪਰਖਦਾ ਸੀ ਵੀ ਇਹ ਬੰਦਾ ਹੈਗਾ ਕਿ ਨਾ ਕੰਮ ਦਾ ਤੂੰ ਤਾਂ ਯਾਰ 2000 ਰੁਪਏ ਪਿੱਛੇ ਰੋਣ ਲੱਗ ਗਿਆ ਹੁਣ ਜੇ ਤੈਨੂੰ ਵੱਡਾ ਮੰਤਰ ਦੇਦਾ ਤੇਰਾ ਫਾਇਦਾ ਬਹੁਤ ਹੋ ਜੂ ਉਹਦੇ ਨਾਲ ਤਾਂ ਪਰ ਨਾ ਤੂੰ ਹੈ ਨਹੀਂ ਲਾਇਕ ਨਹੀਂ ਹੈਗਾ ਯਾਰ ਮੰਤਰ ਤਾਂ ਕਰੋੜੀ ਮੁੱਲਾ ਪੁੱਛਣੀ ਪਊਗਾ ਹੁਣ ਚੱਲ ਕੋਈ ਨਾ ਜੇ ਕੋਈ ਬਾਤ ਘਾਟ ਆਪਾਂ ਥੋੜੀ ਜਿਹੀ ਹੋਰ ਕਰ ਦਾਂਗੇ ਤੂੰ ਮੈਨੂੰ ਦੱਸਦਾ ਸਹੀ ਬਾਤ ਘਾਟ ਲਾ ਲੈ ਤੇਰੇ ਤੋਂ ਹੋਣੀ ਨਹੀਂ ਦੇਖ ਲੈ ਜੇ ਤਾਂ ਕਰ ਦੇਗਾ ਕਿਉਂ ਕੀ ਗੱਲ ਭਾਈ ਹੈ ਨਹੀਂ ਸਾਡੇ ਕੁਛ ਓਏ ਮੰਤਰ ਵੱਡਾ ਇਹ ਹੈਗਾ ਮੈਨੂੰ ਪਤਾ ਤੁਹਾਡੇ ਕੋਲੇ ਮੰਤਰ ਵੱਡਾ ਇਹ ਲਾਲਾ ਇਹ ਜਾ ਕੀ ਆ ਉਹਦੇ ਵਿੱਚ ਇਹਦਾ ਐਡਾ ਵੱਡਾ ਮੰਤਰ ਆ ਤੂੰ ਮੈਨੂੰ ਇਹ ਦੱਸ ਵੀ ਆਹ ਲਕਸ਼ਮੀ ਮਾਤਾ ਕਿੰਨੀ ਕੁ ਲੱਗੂਗੀ ਲਕਸ਼ਮੀ ਮਾਤਾ ਚੱਕਰ ਚੁੱਕਰ ਤਾਂ ਨਹੀਂ ਆਉਂਦੇ ਤੈਨੂੰ ਨਹੀਂ ਆਉਂਦੇ ਹੈਗੇ ਚੱਕਰ ਚੱਕਰ ਦਾ ਜੱਟ ਨੇ ਗੇੜੇ ਘਵਾਤੇ ਉਹਦੇ ਬੇਰੀ ਦੇ ਆਲੇ ਦਾਲੇ ਉੱਥੇ ਬਥੇਰੇ ਦਵਾਤੇ ਚੱਕਰ ਫਿਰ ਗੱਲ ਸੁਣਨਾ ਮੇਰੀ ਰੁਪਈਆ 50,000 ਲੱਗੂਗਾ ਪੂਰਾ 50,000 ਆ ਹੁਣ ਕਿਵੇਂ ਅੱਖਾਂ ਜਿਹਾ ਟੱਡ ਲੀਆਂ ਉਹ ਤਾਂ ਐ ਆ ਵੀ ਰਕਮ ਥੋੜੀ ਜਿਹੀ ਜ਼ਿਆਦੇ ਆ ਜ਼ਿਆਦੇ ਉਹ ਬਥੇਰੇ ਬਣਾਉਣਾ ਤੂੰ ਲਾ ਲਾ ਨਾਲੇ ਜੇ ਤੂੰ 50,000 ਲਾ ਕੇ ਮੰਤਰ ਲੈ ਲਿਆ ਨਾ ਤੂੰ ਤਾਂ ਐ ਸਮਝ ਲੈ ਵੀ 50,000 ਕਰੋੜ ਅਰਬ ਖਰਬ ਬਹੁਤ ਕੁਛ ਬਣ ਜਾਊ ਤੇਰੇ ਕੋਲੇ ਤਾਂ ਧਰ ਧਰ ਕੇ ਭੁੱਲ ਲੇਗਾ ਤੂੰ ਤਾਂ ਅੱਛਾ ਭਾਈ ਹਾਂ ਫਿਰ ਹੁਣ ਹੁਣ ਤਾਂ ਮੈਂ ਐਂ ਸਿੱਧਾ ਕਰੀ ਆ ਗਿਆ ਸਕੂਟਰੀ ਚੱਕ ਕੇ ਹੁਣ ਤਾਂ ਮੇਰੇ ਕੋਲ ਪੈਸੇ ਹੈ ਨਹੀਂ ਉਹ ਯਾਰ ਨੰਗੇ ਤੂੰ ਵੀ ਲਾ ਲਾ ਯਾਰ ਨੰਗ ਨਹੀਂ ਹੈਗਾ ਖਾਨਦਾਨੀ ਬੰਦਾ ਕਰੋੜੀ ਮੱਲ ਉਹ ਕਰੋੜੀ ਮੱਲ ਬਿਰਜੂ ਮੱਲ 1,000 ਰੁਪਏ ਨੂੰ ਕਹਿੰਦਾ ਇੰਨੇ ਨੇ 9 ਕਰੋੜੀ ਮੱਲ ਤਾਂ ਰੱਖਿਆ ਪਤੰਦਰਾ ਦਾ ਬਿਰਜੂ ਮੱਲ ਤੀ ਮੇਰੇ ਬਾਈ ਦਾ ਨਾ ਉਹ ਬਿਰਜੂ ਮੱਲ ਤੀ ਚੱਲ ਕੋਈ ਗੱਲ ਨਹੀਂ ਤੂੰ ਐ ਕਰੀ ਆਥਣੇ ਆ ਜੀ ਅੱਛਾ ਆਥਣੇ ਆ ਜਾ ਹਾਂ ਕੋਈ ਨਾ 50 ਤਾਂ ਮੈਂ ਲਿਆ ਦੂੰਗਾ ਪਰ ਐਤਕੀ ਵਾਰ ਵਾਲਾ ਮੰਤਰ ਕੱਚਾ ਨਹੀਂ ਜਾਣਾ ਚਾਹੀਦਾ ਮਹਾ ਕੱਚਾ ਨਹੀਂ ਜਾਂਦਾ ਮਾੜਾ ਮੋਟਾ ਬੁੱਧੀ ਨੂੰ ਵੀ ਵਰਤਿਆ ਕਰ ਮੇਰੀ ਗੱਲ ਸੁਣਦਾ
ਜੇ ਮੈਂ ਠੱਗ ਹੁੰਦਾ ਮੈਂ ਉਰੇ ਬੈਠਿਆ ਹੁੰਦਾ ਹਾਂ ਮੈਂ ਪਿੰਡ ਛੱਡ ਕੇ ਨਾ ਵਗ ਜਾਂਦਾ ਆਹ ਗੱਲ ਤਾਂ ਤੇਰੀ ਸਿਆਣੀ ਆ ਉਹ ਨਾਲੇ ਤੇਰੇ 2000 ਨਾਲ ਮੇਰਾ ਕੀ ਬਣੂਗਾ ਲਾਲਾ ਇਹ ਤਾਂ ਮੈਂ ਹੀ ਦਾਨ ਪੁੰਨ ਚ ਲਾ ਦਿੰਦਾ ਤੂੰ ਐਂ ਦੇਖ ਤੈਨੂੰ ਕਿਹਾ ਉਹ ਬੰਦੇ ਦੀਆਂ ਕਿੱਡੀਆਂ ਕੋਠੀਆਂ ਪੈ ਗਈਆਂ ਮੈਨੂੰ ਕੋਈ ਲਾਲਚ ਕਰੇ ਉਹਦਾ ਫੇਰ ਛੱਡ ਕੇ ਆ ਗਿਆ ਇੱਕ ਝੋਲਾ ਮੇਰੇ ਲਵੇ ਮੈਂ ਤਾਂ ਉਹੀ ਚੱਕੀ ਫਿਰੀ ਜਾਂਦਾ ਚੱਲ ਕੋਈ ਨਾ ਇਹ ਦੱਸ ਮੈਨੂੰ ਕਿੱਥੇ ਮਿਲੇਗਾ ਫਿਰ ਮੈਂ ਉੱਥੇ ਆ ਜੂ ਲੈ ਕੇ ਪੈਣਾ ਯਾਰ ਉਹ ਫੱਕਰਾਂ ਦੇ ਕਿਹੜੇ ਡੇਰੇ ਹੁੰਦੇ ਨੇ ਲਾਲਾ ਹੈ ਜਿੱਥੇ ਬਹਿ ਗਏ ਉਹੀ ਆਪਣਾ ਇੱਥੇ ਹੀ ਜਗ੍ਹਾ ਤੇ ਮਿਲ ਜੂਗਾ ਤੈਨੂੰ ਮੈਂ ਕਿਤੇ ਲੈ ਫਿਰ ਹੋਲੀ 4 ਜਾਂ 5 ਵਜੇ ਆਊ ਮੈਂ ਉਰੀ ਨਹੀਂ 4-5 ਵਜੇ ਪੱਕਾ ਆ ਜੀ ਪੂਰਾ 50 ਲੱਗੋ ਥੋੜੇ ਜਿਹੇ ਘੱਟ ਵੱਧ ਨਹੀਂ ਹੁੰਦੇ ਦਰ ਮੰਤਰ ਛੋਟਾ ਕਰ ਦੇਣਾ ਥੋੜਾ ਜਿਹਾ ਇਹਨਾ ਨਾ ਛੋਟਾ ਨਹੀਂ ਮੰਤਰ ਤਾਂ ਐਡੀ ਚਾਹੀਦਾ ਵੱਡਾ ਜਿੱਡਾ ਹੈਗਾ ਫਿਰ ਵੱਡਾ ਮਿਲ ਜੂਗਾ 50,000 ਰੁਪਏ ਲੈ ਕੇ ਆ ਜੀ ਸੱਚ ਛੋਟੀ ਜੀ ਗੱਲ ਜੇ ਗੁੱਸਾ ਨਹੀਂ ਮੰਨਦਾ ਉਹ ਪੁੱਛੇ ਲੈਣਾ ਉਹਦੇ ਨਾਲ ਮੰਤਰ ਨਾਲ ਜਵਾਨੀ ਵੀ ਆ ਜੂਗੀ ਮੈਡੀ ਜੀ ਲਾਲਾ ਦੇਖਾ ਹਟਦਾ ਨਹੀਂ ਹਨਾ ਫਿਰ ਓਹੋ ਮੈਂ ਤਾਂ ਇਹ ਕਹਿੰਦਾ ਵੀ ਕੰਮ ਧੰਦਾ ਕਰਦਾ ਰਹਿਣਾ ਸਾਰਾ ਦਿਨ ਹੱਡ ਦੁਖਣ ਲੱਗ ਜਾਂਦੇ ਨੇ ਤੈਂ ਕੀ ਪੁੱਠੀਆਂ ਛਾਲਾਂ ਮਾਰ ਰਹੀਆਂ ਨੇ ਜਦੋਂ ਤੂੰ ਇੰਨਾ ਪੈਸਾ ਆ ਗਿਆ ਅਰਬਪਤੀ ਬਣ ਕੇ ਤਾਂ ਨੌਕਰ ਰੱਖੇਗਾ ਅੱਗੇ ਪਿੱਛੇ ਤੇਰੇ ਨੌਕਰ ਕੰਮ ਕਰਨਗੇ 10-10 ਦੁਕਾਨਾਂ ਤੇਰੀਆਂ ਹੈ ਤੈਨੂੰ ਕੰਮ ਕਰਨ ਦੀ ਕੀ ਲੋੜ ਹੈ ਤੂੰ ਤਾਂ ਆਪੀ ਜਵਾਨ ਹੋ ਜਾਏਗਾ ਜੂਸ ਪੀਆ ਕਰੀ ਫਿਰ ਬਸ ਚੰਗਾ ਫਿਰ ਮੈਂ ਫਿਰ ਆ ਜਾਊਂਗਾ ਕੋਈ ਨਾ ਲੈ 4 ਵਜੇ ਪੱਕਾ ਹਾਂ 4 ਵਜੇ ਮੈਂ ਤੈਨੂੰ ਡਿੱਕੂ ਪੱਕਾ ਮੈਂ ਲੈ ਕੇ ਆਊਂਗਾ ਪੈਸੇ ਠੀਕ ਹੈ ਜਾਵਾਂ ਹੁਣ ਮੈਂ ਹਾਂ ਹਾਂ ਤੂੰ ਜਾ ਠੀਕ ਹੈ ਚੱਲ ਕੋਈ ਨਾ ਦੋ ਤੂੰ ਆ ਵੀ ਰੱਖ ਲੈ ਭਾਈ ਠੀਕ ਹੈ ਲੈ ਕਿਤੇ ਵੱਡਾ ਪੈਂਚਰ ਲਾਤਾ ਹੁਣ ਪਾਵਾਂਗੇ ਲਾਲੇ ਦੀ ਵੱਡੀ ਟੋਪੀ ਦੇਖ ਮੇਰਾ ਸਾਲਾ ਕਿੰਨਾ ਲਾਲਚ ਕਰਦਾ ਨਾ ਕਹਿੰਦਾ ਮੰਤਰ ਨਾ ਛੋਟਾ ਹੋ ਜੇ ਚੱਲ ਆ ਜਾਣ ਤੇ ਦੇਖਦੇ ਆ ਫਿਰ ਲਾਲੇ ਨੂੰ 4 ਵਜੇ ਆਊਂਗਾ 50,000 ਲੈ ਕੇ ਆਊਂਗਾ ਲੈ ਹੁਣ ਤੱਕ ਨਹੀਂ ਆਏ ਹੈਗੇ ਮੈਨੂੰ ਤਾਂ ਸੋਚ ਲੱਗੀ ਪਈ ਆ ਉਹੀ ਨਾ ਕਿਸੇ ਨਾਲ ਫੇਰ ਲੜਾਈ ਪੜਾਈ ਕਰ ਲੈਣ ਕਿਤੇ ਹੋਰ ਟੰਗ ਬਾਹ ਤੋਂ ਲਾ ਲੈਣ ਇੱਕ ਮੈਂ ਦੁਕਾਨ ਤੋਂ ਘਰੇ ਆ ਗਈ ਗਾਲਾਂ ਦੇਣ ਮੈਂ ਪੁਸ਼ਪਾ ਆ ਗਈ ਹਾਂਜੀ ਹਜੇ ਠੰਡ ਆਈ ਵੀ ਨਹੀਂ ਪਹਿਲੀ ਸਵੈਟਰ ਕਦੇ ਕੋਟੀਆਂ ਫਿਰ ਪੈਂਦੇ ਉੜਦੇ ਜੀ ਬੁਣ ਲੂੰਗੀ ਮੈਂ ਚੱਲ ਠੰਡ ਤੱਕ ਬੁਣ ਲੂੰਗੀ ਜੀ ਨਵੇਂ ਸੂਟ ਹੈ ਸਾਰੀਆਂ ਨੇ ਮੁੜ ਕੇ ਕਦੇ ਕੱਢੀ ਨਹੀਂ ਗਿਆ ਪੇਟੀ ਚੋਂ ਜਿਹੜੀਆਂ 5-5 ਹਜ਼ਾਰ ਦੀਆਂ ਪਈਆਂ ਨੇ ਫਿਰ ਉਰੇ ਦੇ ਕੇ ਸਾੜੀ ਚ ਢਿੱਡ ਜਾਂ ਨੰਗਾ ਹੋ ਜਾਂਦਾ ਤੈਨੂੰ ਪਤਾ ਤਾਂ ਹੈਗਾ ਜੀ ਲੋਕ ਦੇਖੀ ਜਾਂਦੇ ਨੇ ਚੱਲ ਚੰਗਾ ਛੱਡ ਪਰਾਂ ਤਾਂ ਐ ਕਰ ਅੰਦਰੋਂ ਅਲਮਾਰੀ ਚ ਨਾ 50,000 ਰੁਪਏ ਲਿਆ ਚੱਕੀ 50,000 ਕੀ ਕਰੋਗੇ ਜੀ ਟੋਕੇ ਵੀ ਨਾ ਖੜੀ ਕਿਤੇ ਵਿੱਚ ਹਰੇ ਗੱਲ ਚ ਤੰਗ ਰਾਇਆ ਕਰ ਕੋਈ ਬੰਦੇ ਨੂੰ 100 ਕੰਮ ਹੁੰਦਾ ਦੇਣੇ ਨੇ ਕਿਸੇ ਨੂੰ 50,000 ਰੁਪਇਆ ਲਿਆ ਜਾ ਕੇ ਅੰਦਰੋਂ ਨਾ ਸਰਦਾ ਨੀ ਹੈਗਾ ਜੀ ਪਹਿਲਾਂ ਤਾਂ ਦੇਖੀ ਉਹਨੂੰ 2,000 ਰੁਪਇਆ ਦਿਆ ਏ ਉਈ ਫੇਰਾ ਉਹ ਤਾਂ 2,000 ਦੀ ਗਲਤੀ ਤਾਂ ਕੋਈ ਕੰਮ ਹੋਰ ਆ ਕਿਸੇ ਨੂੰ ਦੇਣੇ ਨੇ ਬੰਦੇ ਨੂੰ ਪੱਕਾ ਲਿਆ ਕੇ ਦੇਵਾਂ ਹਾਂ ਲਿਆ ਤੇ ਕਰਾਂ ਹਿੰਮਤ ਕਰ ਕਰਾਂ ਚੱਲ ਚੰਗਾ ਲਿਆ ਸਵਾਲ ਜਵਾਬ ਨਹੀਂ ਜਾ ਤੇ ਕਰਿਆ ਕਰਦੇ ਚੱਲ ਠੀਕ ਆ ਲਿਆਉਣੀ ਆ ਮੈਂ 1 ਮਿੰਟੇ ਲਾ ਕਿਸੇ ਲਫਾਫੇ ਚ ਪਾ ਲਈ ਠੀਕ ਆ ਜੀ ਆਹੋ ਕਿਸੇ ਨੂੰ ਬਿਨਾ ਜਾਣ ਪਛਾਣ ਵਾਲੇ ਨੂੰ ਪੈਸੇ ਨਾ ਦੇਈਓ ਜੀ ਨਾ 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 ਐ ਨਹੀਂ ਦੇਖਿਆ ਹੁੰਦਾ ਹੈਗਾ ਹਾਂ ਚੰਗਾ ਜੀ ਲੈ ਪੂਰਾ 50,000 ਨਾ ਗਿਣੇ ਹੋਏ ਨੇ ਗਿਣੇ ਹੋਏ ਨੇ ਜੀ ਬਸ ਠੀਕ ਆ ਹੁਣ ਤਾਂ ਤੂੰ ਪੜ੍ਹੀ ਲਿਖੀ ਆ ਮੈਨੂੰ ਪਤਾ ਗਿਣਲੇ ਹੋਣੇ ਨਹੀਂ ਮੈਂ ਮਰ ਜਾ ਪਹਿਲਾਂ ਵੀ ਪੈਸੇ ਦੇ ਆਏ ਹੁਣ ਫੇਰ ਚਲ ਊ ਤਾਂ ਚਲ ਮੈਨੂੰ ਪਤਾ ਵੀ ਫਾਲਤੂ ਖਰਚਾ ਤਾਂ ਨਹੀਂ ਕਰਦੇ ਹੈਗੇ ਇੱਕ ਡਰ ਲੱਗਦਾ ਗਾ ਕੰਜਰ ਨੇ ਉਹਨੇ ਨਾ ਮੇਰੇ ਮਨ ਚ ਬੇਈਮਾਨਾ ਜਿਹਾ ਲਿਆ ਰੱਖਿਆ ਗਾ ਕਹਿੰਦਾ ਤੀਗਾ ਕਹਿੰਦਾ ਤੀਵੀਂ ਆ ਕਿ ਤੂੰ ਵੀ ਨਾ ਕੋਈ ਤੀਵੀਂ ਦੋਵੀਂ ਨੂੰ ਪੈਸੇ ਦੇ ਆਵੇ ਕੀ ਪਤਾ ਹੁੰਦਾ ਗਾ ਨਾ ਨਾ ਅੱਜ ਤਾਂ ਕਾਹਨੂੰ ਦਿੰਦਾ ਪੈਸੇ ਚੱਲ ਮੈਂ ਤਾਂ ਇੰਨੇ ਬੁਣਦੀ ਆ ਸਵੈਟਰ ਇੰਨੇ ਆ ਜੂਗਾ ਸਲਾਈਆਂ ਪਾਉਣ ਨੂੰ ਵੀ ਨੀ ਜੀ ਕਰਦਾ ਮੇਰਾ ਤਾਂ ਮੈਂ ਤਾਂ ਬੁਣਦੀ ਨੀ ਹੈਗੀ ਤੇਰੇ ਲਈ ਮੈਂ ਸਕੂਟਰ ਲਿਆ ਇਸੇ ਹੀ ਸਾਲ ਬਈ ਬਈ ਬਹਿ ਜਾ ਤੂੰ ਛਾਲ ਮਾਰ ਕੇ ਮਿੱਤਰਾਂ ਦੇ ਨਾਲ ਬਈ ਬਈ ਆ ਦੇਖ ਵਟਸਐਪ ਤੇ ਦੇਖ ਇਹ ਝਾ ਰਹੀ ਹੈ ਆਪਣੀ ਬੀਬੀ ਇਹਨੂੰ ਕਲਿੱਕ ਕਰੇਗਾ ਠੀਕ ਹੈ ਇੱਥੇ ਆ ਜੂ ਇਹ ਗੱਗੇ ਹੀ ਨਹੀਂ ਬੈਠਾ ਹੈਗਾ ਗੱਗੇ ਨੂੰ ਨਾਲ ਹੀ ਲੈ ਚੱਲਦਾ ਇੱਕ ਨਾਲੋਂ ਦੋ ਭਲੇ ਹੈ ਨਾਲ ਇਹਨੇ ਗਵਾਹ ਬਣਾ ਲੂੰਗਾ ਵੀ ਤੇ ਹੁੰਦੇ ਪੈਸੇ ਦਿੱਤੇ ਨੇ ਇਹ ਗੱਗੀ ਮੈਂ ਗੱਗੀ ਗੱਲ ਸੁਣ ਮਾਰੀ ਜੀ ਹੋਰ ਲਾਲਾ ਕਿਵੇਂ ਆ ਠੀਕ ਹੈ ਹਾਂ ਠੀਕ ਹੈ ਭਾਈ ਮੈਂ ਤਾਂ ਠੀਕ ਹਾਂ ਬਿਲਕੁਲ ਹੁਣ ਕਿਵੇਂ ਆ ਫਿਰ ਮੈਂ ਹਾਂ ਵਧੀਆ ਫਿਰ ਦੱਸੂਆਂ ਤੈਨੂੰ ਇਹ ਤਾਂ ਵਿਹਲੇ ਟਾਈਮ ਦੀਆਂ ਗੱਲਾਂ ਹੁੰਦੀਆਂ ਨੇ ਕਿਵੇਂ ਕਿਵੇਂ ਵਾਲੀਆਂ ਤਾਂ ਤੂੰ ਐ ਕਰ ਮੇਰੇ ਪਿੱਛੇ ਬੈਠ ਇੱਕ ਕੰਮ ਜਾ ਕੇ ਆਣਾ ਆਪਾਂ ਨੇ ਠੀਕ ਹੈ ਹਾਂ ਤੇਰਾ ਵੀ ਫਾਇਦਾ ਉਹ ਕੰਮ ਦੇ ਵਿੱਚ ਚੱਲ ਲੱਕੜ ਨਾਲ ਲੋਹਾ ਤਿਰ ਜੂਗਾ ਠੀਕ ਹੈ ਹਾਂ ਬਹਿ ਜਾ ਚੱਲਾਂ ਹੁਣ ਚੱਲ ਚੱਲ ਚਲੋ ਚੰਗੀ ਗੱਲ ਹੈ ਇਹ ਲੈ
ਉੱਤਰ ਹੱਲੇ ਕਿਹਾ ਸੇਠ ਬਦੰਦਰ ਪੱਕਾ ਟਾਈਮ ਦਾ ਲਾਲਾ ਪੱਕਾ ਰਿਹਾ ਫਿਰ ਟਾਈਮ ਦਾ ਹੈ ਟਾਈਮ ਦਾ ਕੀ ਮੈਂ ਤਾਂ ਦੋ ਤਿੰਨ ਕੰਮ ਤੇ ਵੀ ਛੱਡਿਆ ਆ ਬਈਆ ਬਈਆ ਕੋਈ ला वो कुंडिया तब ता पैसे तो आ गए यार लाला 50,000 ता दे गया ओनु साला दूजा है या केड़ा मंत्र दसा यार ता आवण वाला भी होना मैं लगदा पंजा पंजा ओ गल सुनी भाई यार मेनू बुलाया भाई भाई होर इथे बंदा कौन एक कुत्ता एक तू है यार हां दस भाई जा बैठ के गल करदे यार कुत्ता अपनी है भाई ये ना गवांडियां दा ओ मेरे ही है जदों मैं लई फिरदा फिर तू आए कह दे यार मां की बताऊं ही फड़ लिया होवे तो क्यों सपेला लगदा मैं ओ सपेला ता लगदा खसमा गल सुन मेरी अरे पता कुत्ता दे दे यार मेनू 2 दिन वास्ते क्यों मामे दा मुंडा लगदा ओ मामे दा मुंडा ता नहीं मेरी रिश्तेदारी है ओरे किदे गणी ओ जेड़ा फिरनी तो घूम के अगले पासे सज्जे पासे सीधी गली च जाके घर हैगा देखा ओ समझ गया ताई गरदाले दी गल करदा हां उन्ना दी अच्छा उन्ना रिश्तेदार है तू उन्ना दा रिश्तेदारी अपनी ओ मासड़ लगदा मेरा फेदा तू साडा भी रिश्तेदार लगया होर भाई ओ मेरी गल सुन यार मैं ओ जवाक जा करदा ती जिद्दा अपना उना दा अच्छा कहना मेनू कतूरा लिया के दे भाई मैं ओनू कह दी मां कतूरा लिया के दूंगा तेनू गद्दी मैं अच्छा तेरा कतूरा 2 दिनां दे वास्ते दे दे भाई यार पैसे ले ली मेरे तो भाई जी नहीं लगना साडा यार भाई 2 दिनां दी तां गल है यार ओ जवाक दी जिद्द पूरी हो जूगी यार ना यार जी नहीं करदा तेन देन नू भाई ऐ कर 5,000 रुपया ले ली यार 2 दिनां दा अच्छा भाई 5 देगा 5,000 रुपया दे दूंगा यार मैं तेनू पक्की गल मुकरदा तां नहीं भाई मां जमी पक्की गल है
ਦੇ ਵੀ ਜਾਏਗਾ ਦੋ ਦਿਨਾਂ ਬਾਅਦ ਫੜਾ ਦੂੰਗਾ ਯਾਰ ਕਮਾਲ ਹੈ ਯਾਰ ਤੂੰ ਘਰੇ ਗੇੜਾ ਮਾਰ ਲਈ ਬਾਈ ਯਾਰ ਕਿੱਡੀ ਕੁ ਗੱਲ ਹੈ ਆਪਣੇ ਪੈਸੇ ਲੈ ਜੀ ਮੇਰੇ ਤੋਂ ਮੈਂ ਅੱਛਾ ਉਰੀ ਪਤਾ ਉਰੀ ਦੇਈ ਬਾਈ ਪੈਸੇ ਉਰੇ ਉਹ ਉਰੀ ਦੇ ਜੂਆਂ ਬਾਈ ਉਰੀ ਦੇ ਜੂਆਂ ਚੱਲ ਚੰਗਾ ਬਾਈ ਫਿਰ ਮੈਂ ਜਾਣਾ ਹੈ ਹਾਂ ਠੀਕ ਹੈ ਹੋਰ ਜਵਾਖ ਜਾ ਜਿੱਧਰ ਹੁੰਦਾ ਹੋਵੇ ਮਨ ਕਰੇ ਵੀ ਆਇਆ ਨਹੀਂ ਹੇ ਤੱਕ ਆ ਜਾ ਲੈ ਭਾਈ ਗੁੰਡੇ ਹੋ ਗਿਆ ਘੰਟਾ ਤਾਂ ਮੈਂ ਤਾਂ ਆ ਗਿਆ ਐ ਕਰ ਹੁਣ ਲਿਆ ਕਿੱਥੇ ਆ ਮੰਤਰ ਉਹ ਓਏ ਲਾਲਾ ਤੈਨੂੰ ਰੱਬ ਨੇ ਅੱਖਾਂ ਦਿੱਤੀਆਂ ਨੇ ਤੈਨੂੰ ਦੀਨਾ ਨਹੀਂ ਹੈਗਾ ਮੰਤਰ ਮੰਤਰ ਕੀ ਭਾਈ ਦੀਂਦਾ ਤਾਂ ਹੈ ਨਹੀਂ ਮੰਤਰ ਆਹ ਦੱਸ ਆ ਕੀ ਹੈ ਇਹ ਕੀ ਮੰਤਰ ਆ ਇਹਦਾ ਕੁੱਤਾ ਓਏ ਬੌਲਿਆ ਓਏ ਇਹੀ ਤਾਂ ਮੰਤਰ ਆ ਇਹ ਤਾਂ ਤੈਨੂੰ ਫਰਕ ਪਤਾ ਨਹੀਂ ਹੈਗਾ ਫਿਰ ਉਹਦੇ ਕਹਿੰਦਾ ਤਾਂ ਬੇਰੀ ਆ ਉਹਨਾਂ ਦਾ ਕਿਉਂ ਨਹੀਂ ਕੁਝ ਬਣਦਾ ਹੈਗਾ ਓਏ ਇਹਦੇ 'ਚ ਤਾਂ ਬਹੁਤ ਗੁਣ ਨੇ ਪਹਿਲਾਂ ਕੁੱਤੇ ਨਾਲ ਮੰਤਰ ਦਾ ਕੀ ਸੰਬੰਧ ਤੂੰ ਮੈਨੂੰ ਨਾ ਸਾਰੀ ਖੁੱਲ ਕੇ ਗੱਲ ਦੱਸ ਓਏ ਆਹੀ ਤਾਂ ਤੈਨੂੰ ਪਤਾ ਨਹੀਂ ਲਾਲਾ ਜਿਹੜਾ ਇਹ ਕੁੱਤਾ ਹੈ ਨਾ ਹਾਂ ਇਹਦੇ 'ਚ ਤਾਂ ਗੁਣ ਬਹੁਤ ਨੇ ਕੀ ਗੁਣ ਹੈ ਚ ਇਹਦੇ 'ਚ ਇਹ ਗੁਣ ਹੈ ਇਹ ਜਿੱਥੇ ਵੀ ਕਿਸੇ ਨੇ ਸੋਨਾ ਦੱਬਿਆ ਹੋਵੇ ਨਾ ਕੋਈ ਪੁਰਾਣਾ ਹੋਵੇ ਦੱਬਿਆ ਹੋਇਆ ਪਹਿਲਾਂ ਦਾ ਇਹ ਜਿੱਥੇ ਜਾ ਕੇ ਸੁੰਗਣ ਲੱਗ ਜੇ ਨਾ ਇਹ ਸਮਝ ਲਈ ਵੀ ਉੱਥੇ ਸੋਨਾ ਦੱਬਿਆ ਹੋਇਆ ਮੈਂ ਸੁੰਗਦਾ ਇਹ ਹਾਂ ਅੱਛਾ ਇਹ ਸੁੰਗ ਕੇ ਪਤਾ ਲਾ ਲੈਂਦਾ ਵੀਰੇ ਸੋਨਾ ਇਹ ਤਾਂ ਸੁੰਗ ਕੇ ਪਤਾ ਲਾ ਲੈਂਦਾ ਗਾ ਦੇਖ ਕਿੰਨਾ ਪਿਆਰ ਕਰਦਾ ਇਹ ਪਰ ਇੱਕ ਗੱਲ ਹੋਰ ਹੈ ਇਹ ਮੈਂ ਤੈਨੂੰ 2 ਦਿਨਾਂ ਵਾਸਤੇ ਲਿਆ ਕੇ ਦਿੱਤਾ ਗਾ 2 ਦਿਨਾਂ ਦਾ 50,000 ਰੁਪਏ ਲੱਗਿਆ ਇਹਦਾ ਤੇਰਾ ਜੇ ਤੋਂ ਵੱਧ ਦਿਨ ਲੱਗ ਗਏ ਦੇਖ ਲੈ 19 ਪੈਸੇ ਡਬਲ ਹੋਈ ਜਾਣਗੇ ਤੇਰੇ ਫਿਰ ਕੋਈ ਗੱਲ ਨਹੀਂ ਮੈਂ ਤਾਂ ਬਸ 21 ਦਿਨ ਬਹੁਤ ਹੈ ਤਾਂ ਲੈ ਫਿਰ ਲੈ ਜਾਣ ਵਾਲੇ ਗੱਲ ਸੁਣ ਲੈ ਮੇਰੀ ਇਹਨੂੰ ਬਿਸਕੁਟ ਪਾਈ ਹੋਰ ਫਾਲਤੂ ਕੋਈ ਚੀਜ਼ ਨਹੀਂ ਪਾਉਣੀ ਹੈਗੀ ਬਿਸਕੁਟ ਤਾਂ ਆਪਣੇ ਘਰ ਦੀ ਦੁਕਾਨ ਹੈ ਵਾਧੂ ਨੇ ਲਿਆ ਫੜਾ ਕੇ ਲੈ ਜਾ ਲਾਲਚ ਨਾ ਕਰੀ ਨਾਲੇ ਜਾਦੇ ਮੈਂ ਨਹੀਂ ਮਾ ਮੈਂ ਤਾਂ ਤੈਨੂੰ ਕੱਲ ਨੂੰ ਹੀ ਮੋੜ ਦੂੰਗਾ ਹੇ ਠੀਕ ਹੈ ਚੰਗਾ ਪੂਰਾ 50,000 ਰੁਪਇਆ ਦਿੱਤਾ ਹੋਇਆ ਲੈ ਕਰਕੇ ਨਾ ਸੁੰਡ ਕੇ ਦੱਸ ਦੇ ਕਿੱਥੇ ਅਸੀਂ ਇੰਨਾ ਦੱਬਿਆ ਹੋਇਆ ਉਰੇ ਆ ਪਰਾ ਹੋ ਜਾ ਹਟ ਜਾ ਪਿੱਛੇ ਕਿਤਾ ਦਮ ਚੜ ਜਾਂਦਾ ਉਰੇ ਨਹੀਂ ਹੈਗਾ ਲੈ ਚੱਲ ਕੇ ਨਾ ਹੋਰ ਦੇਖਦੇ ਹਾਂ ਕਿਤੇ ਚੱਲ ਦੱਸਦੇ ਹੁਣ ਸੁੰਘ ਕੇ ਕਿਹੜਾ ਕਿੱਥੇ ਮੈਂ ਗੱਦ ਕੇ ਕੱਢ ਲੂੰਗਾ ਮੇਰੇ ਦਾ ਸਾਹ ਚੜ ਗਿਆ ਤੂਰੇ ਦੇਖ ਲੈ ਸੁੰਘ ਕੇ ਕਿੱਥੇ ਹੈਗਾ ਹਾਂ ਖਰਚਾ ਲੈ ਇਹ ਲੈ ਕਰੋੜੀ ਮੱਲਾ ਉਰੇ ਵੀ ਨਹੀਂ ਹੈਗਾ ਕੁਛ ਹੈ ਪਹਿਲਾਂ ਤਾਂ ਇਕੱਲਾ 2,000 ਸੀ ਹੁਣ ਤਾਂ ਮੈਨੂੰ ਲੱਗਦਾ ਪੂਰਾ 50 ਗਿਆ ਲੈ ਓਏ ਅੱਜ ਤਾਂ ਠੱਗੀ ਵੱਜ ਗਈ ਸਲੇ ਲਾਲੇ ਦੇ ਪੈ ਗਈ ਟੋਪੀ 1,00,000 ਰੁਪਇਆ ਬਣ ਗਿਆ ਸਵਾਦ ਆ ਗਿਆ ਹੁਣ ਜਾ ਕੇ ਕੋਈ ਹੋਰ ਪਿੰਡ ਦੇਖਦੇ ਆਪਾਂ ਤਾਂ ਅੱਗੇ ਫੇਰ ਆਊਗਾ ਸਵਾਦ ਹੋਰ ਉਹ ਦੇਖੀ ਬਾਬਾ ਉਹ ਮਹਾਰਾਜ ਜੀ ਅੱਗੇ ਤੋਂ ਨੀ ਕਰਦਾ ਜੀ ਇਹ ਕੰਮ ਅੱਗੇ ਅੱਗੇ ਤੋਂ ਨੀ ਕਰਦਾ ਜੀ ਪੈਸੇ ਲੈ ਜਾਓ ਸਾਰੇ ਅੱਗੇ ਤੋਂ ਨੀ ਕਰਦਾ ਜੀ ਕਿੱਧਰੋਂ ਆ ਗਿਆ ਯਾਰ ਇਹ ਚੱਲ ਤੇ ਅੱਜ ਤੈਨੂੰ ਪ੍ਰੂਫ ਫੀਡ ਦੇਖਿਆ ਉਹ ਕਿਹੜਾ ਪ੍ਰੂਫ ਆ ਅੱਜ ਪਿੰਡ ਚ ਬਣ ਕੇ ਆ ਰਿਹਾ ਆਪਣੇ ਉਹ ਜਿਹੜਾ ਉਰੋਂ ਦੀ ਲੰਘਿਆ ਦੀ ਹੁਣਾ ਹਾਂ ਇੱਧਰ ਲੰਘਿਆ ਪ੍ਰੂਫ ਹੀ ਆ ਦੀ ਉਹ ਹੋਰ ਪਿੰਡ ਚ ਬਣ ਕੇ ਆ ਰਿਹਾ ਓਏ ਕੰਜਰ ਦੇ ਉਹ ਇੱਧਰ ਹੀ ਗਿਆ ਉਹ ਤਾਂ ਜਾਓ ਫੜ ਲਓ ਕੀ ਫੜੋਗੇ ਦਾ ਆ ਯਾਰ ਹੱਦ ਹੋ ਗਈ ਯਾਰ ਅੱਜ ਪਤਾ ਸਾਲੀ ਮਸਾ ਠੱਗੀ ਮਾਰ ਕੇ ਇੰਨੇ ਪੈਸੇ ਇਕੱਠੇ ਕਰੇ ਤੇ ਤੇ ਮੇਰਾ ਸਾਲਾ ਮੇਰੇ ਤੋਂ ਵੀ ਠੱਗ ਵੱਡਾ ਠੱਗ ਨਿਕਲ ਗਿਆ ਪ੍ਰੂਫ ਹੀ ਆ ਤੁਰ ਲਾਵੇ ਅੱਜ ਤਾਂ ਬੜੀ ਮਾੜੀ ਹੋ ਗਈ ਸਾਲੀ